ਅੱਜ ਅਸੀਂ ਸਾਰੇ ਇਸ ਲਈ ਇਕੱਠੇ ਹੋਏ ਹਾਂ ਕਿ ਰਫੀ ਮੈਮੋਰੀਅਲ ਕਲਚਰ ਸੁਸਾਇਟੀ ਜੋ ਸਾਡੀ ਤਕਰੀਬਨ 4 ਸਾਲ ਪਹਿਲਾਂ ਬਣਾਈ ਸੀ ਉਹਦਾ ਅਸੀਂ ਲਗਾਤਾਰ ਜਿਹੜਾ ਹੈ ਉਹਦੇ ਨਾਲ ਦੇ ਰਫੀ ਸਾਹਿਬ ਦੇ ਅਸੀਂ ਜੋ ਫੰਕਸ਼ਨਸ ਕਰ ਰਹੇ ਹਾਂ ਉਹਦੇ 'ਚ ਇੱਕ ਲੜੀ ਹੈ। ਕੱਲ੍ਹ ਨੂੰ 31 ਜੁਲਾਈ 2023 ਨੂੰ ਰਫੀ ਸਾਹਿਬ ਦੀ 43ਵੀਂ ਡੈਥ ਐਨਵਰਸਰੀ ਹੈ। ਤੋ ਅਸੀਂ ਅੱਜ ਇਹ ਫ੍ਰੀ ਪ੍ਰੋਗਰਾਮ ਰੱਖਿਆ ਰਫੀ ਸਾਹਿਬ ਦੇ ਨਾਂ 'ਤੇ। ਸਾਨੂੰ ਇਹ ਸੁਸਾਇਟੀ ਬਣਾਉਣ ਦਾ 4 ਸਾਲ ਪਹਿਲਾਂ ਇਹ ਸਾਡਾ ਇਸ ਭਾਗ ਪ੍ਰਾਪਤ ਹੋਇਆ। ਅਸੀਂ ਮੈਂ ਅਤੇ ਮੇਰੀ ਵਾਈਫ ਡਾਕਟਰ ਅਟਵਾਲ ਮਿਸਿਸ ਅਟਵਾਲ ਅਸੀਂ ਉੱਥੇ ਸਾਡੇ ਘਰ ਉੱਥੇ ਕਸੌਲੀ ਬੈਠੇ ਸੀ ਅਤੇ ਬਾਈ ਚਾਂਸ ਮੇਰੇ ਮਨ 'ਚ ਬੜੀ ਦੇਰ ਦੀ ਇੱਛਾ ਸੀ ਕਿ ਇਹ ਸੁਸਾਇਟੀ ਬਣਾਈ ਜਾਵੇ। ਉਸੇ ਦਿਨ ਬੈਠੇ ਬੈਠੇ ਸ਼ਾਮ ਨੂੰ ਮੈਂ ਬਾਦਲ ਜੀ ਨਾਲ ਅਤੇ ਵੀ ਐਫ ਸ਼ਰਮੇ ਹੋਣਾ ਨਾਲ ਉੱਥੋਂ ਟੈਲੀਫੋਨ 'ਤੇ ਗੱਲ ਕੀਤੀ ਔਰ ਇਹਨਾਂ ਨੇ ਕਿਹਾ ਆਪਾਂ ਸੁਸਾਇਟੀ ਬਣਾਈਏ। ਮੇਰੀ ਬੜੀ ਦਿਲੀ ਇੱਛਾ ਹੈ ਕਿ ਮੈਂ ਰਫੀ ਸਾਹਿਬ ਦੀ ਯਾਦਗਾਰ ਨੂੰ ਜੋ ਆਪਣੇ ਵੱਲੋਂ ਹਿੰਮਤ ਕਰਕੇ ਤੁਹਾਡੀ ਸਹਿਯੋਗ ਨਾਲ ਆਪਾਂ ਇਹਨੂੰ ਹੋਰ ਵੀ ਅੱਗੇ ਵਧਾ ਸਕਦੇ ਤਾਂ ਜ਼ਰੂਰ ਵਧਾ ਲਈਏ। ਐਂਡ ਦੋਨਾਂ ਨੇ ਹੀ ਇਹਨਾਂ ਨੇ ਸਾਡੇ ਕੁਲੀਗਸ ਨੇ ਇੱਕਦਮ ਹਾਮੀ ਭਰੀ ਔਰ ਉਸ ਤੋਂ ਬਾਅਦ ਅਸੀਂ ਇਹ ਸੁਸਾਇਟੀ ਬਣਾਈ, ਰਜਿਸਟਰ ਵੀ ਕਰਾਈ। ਪਹਿਲਾ ਫੰਕਸ਼ਨ ਅਸੀਂ 28 ਦਸੰਬਰ 2019 ਨੂੰ ਪਟਿਆਲੇ ਤਰਪਾਲ ਜੋ ਆਡੀਟੋਰੀਅਮ ਹੈ ਉਹਦੇ 'ਚ ਕਰਾਇਆ। ਰਾਜੇਸ਼ ਪਵਾਰ ਜੋ ਆਪਣਾ ਇੰਟਰਨੈਸ਼ਨਲ ਸਿੰਗਰ ਹੈ ਅਸੀਂ ਉਸਨੂੰ ਉੱਥੇ ਬੁਲਾਇਆ ਸੀ। ਉਸ ਤੋਂ ਬਾਅਦ ਅਨਫਾਰਚੁਨੇਟਲੀ ਕੋਵਿਡ ਆ ਗਿਆ। ਇਹ ਬਿਟਵੀਨ ਅਸੀਂ ਪਟਿਆਲੇ ਵੀ 31 ਜੁਲਾਈ 2020 ਨੂੰ ਛੋਟਾ ਫੰਕਸ਼ਨ ਕਰ ਸਕੇ। ਉਸ ਤੋਂ ਬਾਅਦ ਰੀਸੈਂਟਲੀ ਅਸੀਂ ਪਿੱਛੇ ਜੋ ਹੈ ਟੈਗੋਰ ਥੀਏਟਰ ਦੇ ਵਿੱਚ ਪ੍ਰੋਗਰਾਮ ਕੀਤਾ ਹੈ ਜਿਹਦੇ 'ਚ ਸੌਰਵ ਕਿਸ਼ਨ ਛੋਟਾ ਰਫੀ ਉਸਨੂੰ ਬੁਲਾ ਕੇ ਕੀਤਾ ਹੈ ਔਰ ਮੈਨੂੰ ਬਾਅਦ ਵਿੱਚ ਫੀਡਬੈਕ ਇਹ ਮਿਲੀ ਹੈ ਕਿ ਲੋਕਾਂ ਦੇ ਵੱਲੋਂ ਕਾਫੀ ਮਕਬੂਲੀਅਤ ਹੋਈ ਉਸ ਪ੍ਰੋਗਰਾਮ ਦੀ, ਬਹੁਤ ਹੀ ਅੱਛਾ ਲੱਗਿਆ ਔਰ ਸਾਨੂੰ ਵੀ ਪ੍ਰੋਗਰਾਮ ਕਰਾ ਕੇ ਬੜੀ ਸੰਤੁਸ਼ਟੀ ਹੋਈ ਕਿ ਅਸੀਂ ਇੱਕ ਮਹਾਨ ਕਲਾਕਾਰ ਜੋ ਇਸ ਸਾਡੇ ਮੁਲਕ ਦੇ ਵਿੱਚ ਪੈਦਾ ਹੋਏ ਨੇ ਅਸੀਂ ਉਹਨਾਂ ਦੀ ਯਾਦ ਨੂੰ ਇੱਥੇ ਤਾਜ਼ਾ ਕਰ ਸਕੇ। ਮੈਂ ਰਫੀ ਸਾਹਿਬ ਬਾਰੇ 2-4 ਗੱਲਾਂ ਕਰਨੀਆਂ ਚਾਹੁੰਦਾ। ਮੈਂ ਡਾਈ ਹਾਰਟ ਫੈਨ ਹੈ ਰਫੀ ਸਾਹਿਬ ਦਾ। ਕਾਰਨ ਇਹ ਹੈ ਕਿ ਲੋਕ ਉਹਨਾਂ ਨੂੰ ਵੋਇਸ ਆਫ ਗੋਡ ਕਹਿੰਦੇ ਨੇ ਔਰ ਮੇਰੇ ਹਿਸਾਬ ਦੇ ਨਾਲ ਉਹਨਾਂ ਵਰਗੀ ਸ਼ਖਸੀਅਤ ਇੱਕ ਹੰਬਲ, ਇੱਕ ਗੋਡਲੀ, ਸੇਂਟਲੀ ਪਰਸਨ ਅਲੋਂਗ ਵਿਦ ਬੀਇੰਗ ਦਾ ਗ੍ਰੇਟੈਸਟ ਸਿੰਗਰ ਹੋਣਾ ਬਹੁਤ ਹੀ ਇੱਕ ਦੁਰਲੱਭ ਚੀਜ਼ ਹੈ, ਇੱਕ ਬਹੁਤ ਹੀ ਅਨਹੋਣੀ ਹੈ ਜਿਹੜੀ ਕਿ ਇਸ ਧਰਤੀ 'ਤੇ ਪੰਜਾਬ ਦੇ ਵਾਸੀ ਨੇ ਪੈਦਾ ਕੀਤੀ, ਕੋਟਲਾ ਸੁਲਤਾਨ ਸਿੰਘ ਜੋ ਪੈਦਾ ਹੋਏ ਸੀ ਅੰਮ੍ਰਿਤਸਰ ਔਰ ਉਹਨਾਂ ਨੇ ਜੋ ਆਪਣਾ ਕੈਰੀਅਰ ਦੇ ਵਿੱਚ ਆਪਣੀ ਮਕਬੂਲੀਅਤ ਬਣਾਈ, ਜਿਸ ਮੁਕਾਮ 'ਤੇ ਪਹੁੰਚੇ, ਮੇਰਾ ਖਿਆਲ ਹੈ ਹੋਰ ਕੋਈ ਸਿੰਗਰ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦਾ। ਇਹ ਮੇਰੀ ਆਪਣੀ ਪਰਸਨਲ ਫੀਲਿੰਗ ਹੈ ਮੇਰੀ ਰੋਂਗ, ਕਿਉਂਕਿ ਜਦੋਂ ਵੀ ਤੁਸੀਂ ਯੂਟਿਊਬ 'ਤੇ ਜਾਂਦੇ ਹੋ ਤੁਹਾਡੇ ਸਾਹਮਣੇ ਮਨਾਡੇ ਹੋਰਾਂ ਦੀ ਜਿਹੜੀ ਹੈ ਇੰਟਰਵਿਊਸ ਪਈਆਂ ਨੇ, ਮਹਿੰਦਰ ਕਪੂਰ ਦੀਆਂ ਪਈਆਂ ਨੇ, ਉਹ ਬੜੇ ਸਾਰੇ ਟੌਪ ਦੇ ਸਿੰਗਰਸ ਦੀਆਂ ਉਹਨਾਂ ਦੇ ਬਾਰੇ ਜੋ ਵੀ ਭਾਵਨਾਵਾਂ ਨੇ, ਯੂ ਕੈਨ ਗੋ ਟੂ ਨਿਊ ਯੂਟਿਊਬ ਐਂਡ ਸੀ ਦੈਟ। ਮੰਨਾ ਨੇ ਸਭ ਤੋਂ ਇਹ ਕਹਿ ਕੇ ਗਏ ਨੇ ਕਿ ਰਫੀ ਸਾਹਿਬ ਦਾ ਘਰਾਣਾ ਹੀ ਇੱਕ ਡਿਫਰੈਂਟ ਬਣ ਗਿਆ ਸੀ, ਕਿਉਂਕਿ ਹੀ ਵਾਸ ਸੱਚ ਏ ਵਰਸਟਾਈਲ ਸਿੰਗਰ ਔਰ ਉਹਨਾਂ ਦੇ ਵਰਗਾ ਕਹਿੰਦੇ ਕੋਈ ਹੋਰ ਹੋਇਆ ਹੀ। ਜੇ ਤੁਸੀਂ ਮਹਿੰਦਰ ਕਪੂਰ ਜੀ ਨੂੰ ਸੁਣੋ, ਉਹਨਾਂ ਦੀ ਤਾਂ ਗੱਲਾਂ ਹੀ ਉਹਨਾਂ ਨੇ ਇੰਨੀਆਂ ਆਪਣੀ ਪਰਸਨਲ ਦੱਸੀਆਂ, ਕਿਉਂਕਿ ਉਹ ਕਹਿੰਦੇ ਮੈਂ ਤਾਂ ਰਫੀ ਸਾਹਿਬ ਦਾ ਚੇਲਾ ਸੀ, ਮੈਂ ਉਹਨਾਂ ਤੋਂ ਹੀ ਸਿੱਖਿਆ ਸਭ ਕੁਛ। ਔਰ ਉਹਨਾਂ ਨੇ ਦੱਸਿਆ ਕਿ ਵੀ ਇੰਨੇ ਸਿੰਪਲ ਇਨਸਾਨ ਕਿ ਇੱਕ ਦਫ਼ਾ ਕਹਿੰਦੇ ਮੈਂ ਉਹਨਾਂ ਦੇ ਨਾਲ ਇੱਕ ਫੰਕਸ਼ਨ 'ਤੇ ਚਲਾ ਗਿਆ, ਬੋਂਬੇ ਕਿਸੇ ਆਡੀਟੋਰੀਅਮ ਸੀ ਔਰ ਇੰਨੇ ਜ਼ਿਆਦਾ ਪਾਪੂਲੈਰਿਟੀ ਸੀ, ਲੋਕ ਪਾਗਲ ਸੀ ਹੋ ਜਾਂਦੇ ਜਦੋਂ ਵੀ ਰਫੀ ਸਾਹਿਬ ਕਿਸੇ ਫੰਕਸ਼ਨ ਜਾਂਦੇ ਸੀਗੇ, ਅਤੇ ਮਗਰ ਭੱਜ ਲੈਂਦੇ ਸੀ ਵੀ ਆਟੋਗ੍ਰਾਫ ਦੇ ਲਈ, ਅਤੇ ਕਹਿੰਦੇ ਮੈਂ
ਉਹਨਾਂ ਦੇ ਨਾਲ ਅਸੀਂ ਪੌੜੀਆਂ 'ਚ ਵਾਪਸ ਜਾ ਰਹੇ ਹਾਂ ਅਤੇ ਲੋਕਾਂ ਦੀ ਭੀੜ ਆ ਰਹੀ ਅਤੇ ਸਾਰੇ ਜਣੇ ਆਟੋਗ੍ਰਾਫ ਮੰਗ ਰਹੇ ਅਤੇ ਕਹਿੰਦੇ ਰਹੀ ਸਾਹਿਬ ਮੈਨੂੰ ਪੁੱਛਦੇ ਆ ਵੀ ਇਹ ਕੀ ਕਹਿੰਦੇ ਆ ਕੀ ਚਾਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੀ ਵਾਸ ਯੂ ਨੋ ਵੇਅਰਿੰਗ ਹਿਸ ਗ੍ਰੇਟਨੈਸ ਔਨ ਹਿਸ ਸਲੀਵ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਿੰਨਾ ਮਹਾਨ ਹੈ ਕਹਿੰਦੇ ਕੀ ਮੰਗਦੇ ਆ ਕਹਿੰਦੇ ਜੀ ਇਹ ਤੁਹਾਡੇ ਨਾ ਦਸਖਤ ਪਾਲਦੇ ਆ ਕਹਿੰਦੇ ਐਂ ਕਰ ਮਿੰਦਰ ਤੂੰ ਹੀ ਕਰ ਔਰ ਕਹਿੰਦੇ ਕਹਿੰਦਾ ਜੀ ਮੈਂ ਸਾਰਿਆਂ ਦੀਆਂ ਕਾਪੀਆਂ ਫੜੀਆਂ ਅਤੇ ਉਹਨਾਂ ਦੇ ਮੁਹੰਮਦ ਰਫੀ ਲਿਖ ਕੇ ਮੈਂ ਉਹਨਾਂ ਨੇ ਸਾਈਨ ਕਰਕੇ ਦੇਖਿਆ ਹੀ ਵਾਸ ਸੱਚ ਏ ਗ੍ਰੇਟ ਮੈਨ ਪਤਾ ਹੀ ਨਹੀਂ ਸੀ ਕਿ ਮੈਂ ਕਿੰਨਾ ਮਹਾਨ ਗਾਇਕ ਹਾਂ ਲਤਾ ਜੀ ਨੇ ਜਿਹੜਾ ਅਸੀਂ ਪਿਛਲੇ ਫੰਕਸ਼ਨ 'ਚ ਉਹਨਾਂ ਦੇ ਅਸੀਂ ਕਲਿੱਪ ਪੇਸ਼ ਕੀਤੀ ਸੀ ਉਹਦੇ 'ਚ ਅਖੀਰ 'ਚੋਂ ਕਹਿੰਦੇ ਨੇ ਉਹ ਲਤਾ ਮੰਗੇਸ਼ਕਰ ਜੀ ਨੇ ਸਭ ਤੋਂ ਜ਼ਿਆਦਾ ਮੈਕਸੀਮਮ ਡਿਊਟਸ ਜਿਹੜੇ ਨੇ ਮੁਹੰਮਦ ਰਫੀ ਨਾਲ ਗਾਏ ਔਰ ਉਹਨਾਂ ਨੇ ਕਿਹਾ ਕਿ ਵੀ ਜਬ ਰਫੀ ਸਾਹਿਬ ਗਾਤੇ ਥੇ ਉਨਕੋ ਸੁਣ ਕੇ ਸਭ ਵਾਹ ਵਾਹ ਕਰਦੇ ਥੇ ਇਹ ਲਤਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਨੇ ਆਪ ਇੰਟਰਵਿਊ ਦਿੱਤੀ ਹੈ ਰਫੀ ਸਾਹਿਬ ਨੂੰ ਜਦੋਂ ਲਤਾ ਜੀ ਦੀ ਪ੍ਰੈਜੈਂਸ ਦੇ ਵਿੱਚ ਕੋਈ ਡਿਊਟ ਗਾਇਆ ਹੋਣਾ ਰਫੀ ਸਾਹਿਬ ਦੇ ਨਾਲ ਉਹਨਾਂ ਨੇ ਅਤੇ ਉਦੋਂ ਬਾਅਦ ਹੀ ਇਹ ਗੱਲ ਲਤਾ ਜੀ ਨੇ ਸੁਣ ਕੇ ਅਤੇ ਫਿਰ ਅੱਗੇ ਰਹੀ ਇਹਦਾ ਮਤਲਬ ਲਤਾ ਜੀ ਦੀ ਪ੍ਰੈਜੈਂਸ ਦੇ ਵਿੱਚ ਰਫੀ ਸਾਹਿਬ ਦੀ ਐਡੀ ਵੱਡੀ ਤਾਰੀਫ ਹੋਣੀ ਜਦੋਂ ਕਿ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗਾਇਕਾ ਹੋਏ ਨੇ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਫੀਮੇਲ ਸਿੰਗਰ ਦੇ ਵਿੱਚ ਬੈਸਟ ਫੀਮੇਲ ਸਿੰਗਰ ਹੋਏ ਨੇ ਤਾਂ ਉਹ ਲਤਾ ਜੀ ਹੋਏ ਨੇ ਸੋ ਉਹਨਾਂ ਵੱਲੋਂ ਇਹ ਟ੍ਰਿਬਿਊਟ ਆਪਣੀ ਪ੍ਰੈਜੈਂਸ ਵਿੱਚ ਸੁਣ ਕੇ ਰਫੀ ਸਾਹਿਬ ਦੀ ਤਾਰੀਫ ਕਰਨਾ ਆਪਣੇ ਆਪ ਬਹੁਤ ਵੱਡੀ ਗੱਲ ਸੀ ਮੈਂ ਇਸ ਫੰਕਸ਼ਨ ਦੇ ਵਿੱਚ ਅੱਜ ਤੁਹਾਡੇ ਸਾਰਿਆਂ ਦੇ ਇੱਥੇ ਆਉਣ ਦੇ ਵੈਲਕਮ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੋ ਅੱਜ ਦਾ ਫੰਕਸ਼ਨ ਹੋਇਆ ਇਹਦੇ ਵਿੱਚ ਸਾਹਿਬ ਗੁਰਵਿੰਦਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਜਦੋਂ 1997 'ਚ ਫਰੀਦਕੋਟ ਗਿਆ ਐਜ਼ ਡਿਪਟੀ ਕਮਿਸ਼ਨਰ ਉਦੋਂ ਇਹਨਾਂ ਨੂੰ ਭਾਈ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਇਹ ਬਹੁਤ ਵੱਡੇ ਸੰਗੀਤ ਪ੍ਰੇਮੀ ਸੀ ਇੱਕ ਦੋ ਫੰਕਸ਼ਨਾਂ 'ਚ ਅਸੀਂ ਮਿਲੇ ਤਾਂ ਮੈਂ ਇਹਨਾਂ ਦਾ ਬੜਾ ਕਾਇਲ ਹੋਇਆ ਮੈਂ ਇਹਨਾਂ ਤੋਂ ਹਮੇਸ਼ਾ ਇੱਕ ਗਜ਼ਲ ਮਹਿੰਦੀ ਹਸਨ ਸਾਹਿਬ ਦੀ ਸੁਣਦਾ ਹੁੰਦਾ ਪਿਆਰ ਭਰੇ ਦੋਸ਼ਰ ਵੀ ਲੈਂਦਾ ਇਹ ਬੜਾ ਬਹੁਤ ਅੱਛੀ ਤਰ੍ਹਾਂ ਗਾਉਂਦੇ ਨੇ ਔਰ ਉਸ ਵੇਲੇ ਫਿਰ ਅਸੀਂ ਬਾਬਾ ਫਰੀਦ ਕਲਚਰਲ ਸੁਸਾਇਟੀ ਸੀ ਉੱਥੇ ਸਾਡੀ ਬਾਬਾ ਫਰੀਦ ਜੀ ਦੇ ਨਾਂ 'ਤੇ ਜਿਹੜਾ ਹੈ ਸਾਡਾ ਸਾਲਾਨਾ ਉੱਥੇ ਫੰਕਸ਼ਨ ਹੁੰਦਾ ਸੀ ਉਹਦੇ ਵਿੱਚ ਅਸੀਂ ਬਹੁਤ ਹੀ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਇਹਨਾਂ ਦੇ ਸਹਿਯੋਗ ਨਾਲ ਕੁਛ ਹੋਰ ਕਲਾਕਾਰਾਂ ਦੇ ਸਹਿਯੋਗ ਨਾਲ ਤਾਂ ਉਦੋਂ ਦੀ ਸਾਡੀ ਐਸੋਸੀਏਸ਼ਨ ਹੁਣ ਤੱਕ ਚੱਲੀ ਆ ਰਹੀ ਹੈ ਬਹੁਤ ਹੀ ਸੰਗੀਤ ਪ੍ਰੇਮੀ ਨੇ ਆਪ ਸੰਗੀਤ ਦੇ ਵਿੱਚ ਪੂਰੇ ਡੁੱਬੇ ਹੋਏ ਨੇ ਫਿਰ ਸ਼ੇਰੋ ਸ਼ਾਇਰੀ ਦੇ ਵੀ ਮਾਹਰ ਨੇ ਔਰ ਮੈਂ ਇਹਨਾਂ ਦਾ ਹਮੇਸ਼ਾ ਹੀ ਇਹਤਰਾਮ ਕਰਦਾ ਕਿ ਹੀ ਇਜ਼ ਅ ਵੈਰੀ ਨਾਈਸ ਐਂਡ ਗ੍ਰੇਟ ਜੈਂਟਲਮੈਨ ਵੇਵਲ ਜੀ ਦਾ ਅਸੀਂ ਪ੍ਰੋਗਰਾਮ ਕਰਾ ਚੁੱਕੇ ਹਾਂ ਅਤੇ ਅਸੀਂ ਉਦੋਂ ਦੇ ਮੁਤਾਸਰ ਹੋਏ ਹੋਏ ਹਾਂ ਤੁਸੀਂ ਵੇਵਲ ਜੀ ਯੂ ਆਰ ਐਨ ਐਸਟ ਟੂ ਚੰਡੀਗੜ੍ਹ ਔਰ ਸਾਰੇ ਸੰਗੀਤ ਵਾਸਤੇ ਤੋ ਬੀ ਐਮ ਸ਼ਰਮਾ ਔਰ ਬਾਦਸ਼ ਜੀ ਇਹ ਸਾਡੇ ਦੋ ਮਹਾਨ ਸਤੰਭ ਨੇ ਸੁਸਾਇਟੀ ਦੇ ਇਹ ਅਸੀਂ ਇਕੱਠੇ ਮਾਰਕਫੈਡ ਦੇ ਵਿੱਚ ਕੰਮ ਕੀਤਾ 3 ਸਾਲ ਔਰ ਉਹ ਨਾ ਇਹਨਾਂ ਨੂੰ ਯਾਦਾਂ ਭੁੱਲਦੀਆਂ ਨਾ ਮੈਨੂੰ ਭੁੱਲਦੀਆਂ ਨੇ ਉਦੋਂ ਦਾ ਆਪਸ ਸਾਡਾ ਇੰਨਾ ਪਿਆਰ ਹੈ ਵੀ ਆਰ ਜਸਟ ਲਾਈਕ ਫੈਮਿਲੀ ਤੋ ਇਹਨਾਂ ਦਾ ਹਮੇਸ਼ਾ ਹੀ ਜੋ ਬਹੁਤ ਹੀ ਜ਼ਬਰਦਸਤ ਸਪੋਰਟ ਔਰ ਕੰਟਰੀਬਿਊਸ਼ਨ ਹੁੰਦੀ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਇਸ ਤੋਂ ਇਲਾਵਾ ਰਾਮ ਤੀਰਥ ਨੂੰ ਮੈਂ ਜਦੋਂ ਐਮ ਬੀ ਮਾਰਕਫੈਡ ਲੱਗਿਆ 2006 'ਚ ਪਹਿਲੀ ਦਫ਼ਾ ਤੁਹਾਨੂੰ ਮੈਂ ਪੀ ਜੀ ਆਈ ਦੇ ਆਡੀਟੋਰੀਅਮ 'ਚ ਯਾਦਗਾਰ ਰਫੀ ਸੁਸਾਇਟੀ ਦੇ ਪ੍ਰੋਗਰਾਮ ਸੁਣਿਆ ਸੀ ਯਾਦਗਾਰ ਰਫੀ ਸੁਸਾਇਟੀ ਤੋਂ ਹੀ ਅਸੀਂ ਪ੍ਰੇਰਨਾ ਲਈ ਹੈ ਪਰ ਉਹਦੇ 'ਚ ਮੈਂ ਦੇਖਿਆ ਕਿ ਸਭ ਤੋਂ ਜ਼ਿਆਦਾ ਟੈਲੈਂਟਡ ਸਾਡੇ ਸਿੰਗਰ ਰਾਮ ਤੀਰਥ ਜੀ ਨੇ ਚੰਡੀਗੜ੍ਹ ਦੇ ਦਿਸ ਇਜ਼ ਮਾਈ ਪਰਸਨਲ ਓਪੀਨੀਅਨ ਔਰ ਦੇਖੋ ਜੀ ਇਹਨਾਂ ਨੂੰ ਮੌਕਾ ਨਹੀਂ ਸੀ ਦਿੰਦੇ ਪਤਾ ਨਹੀਂ ਕਿਉਂ ਆਪ ਹੀ ਚੜ੍ਹ ਜਾਣਾ ਸਾਰਿਆਂ ਨੇ ਗਾਈ ਜਾਣਾ ਇਹਨੂੰ ਵਿਚਾਰਿਆਂ ਨੂੰ ਅਖੀਰ 'ਚ ਨਾ ਕਹਿਣਾ ਕਿ ਜਾਂ ਦੋ ਗਾਣੇ ਸੁਣਾਓ ਜਦੋਂ ਇਹਨਾਂ ਨੇ ਅਖੀਰ 'ਚ ਗਾਉਂਦੇ ਸੀ ਹਾਂਜੀ ਬਿਲਕੁਲ ਤੋ ਉਹ ਜਿਹੜਾ ਸੌਂਗ ਜਦੋਂ ਅਸੀਂ ਸੁਣਿਆ ਸੱਚੀ ਮੈਂ ਕਹਿੰਦਾ ਸਾਡੇ ਰੌਂਗਟੇ ਖੜੇ ਮਤਲਬ
ਇਸ ਸੱਚ ਅ ਗ੍ਰੇਟ ਟੈਲੈਂਟ ਇਹਨਾਂ ਨੂੰ ਵੀ ਨਹੀਂ ਪਤਾ ਕਿ ਮੈਂ ਕਿੱਡਾ ਵੱਡਾ ਕਲਾਕਾਰ ਇਹ ਰਫੀ ਸਾਹਿਬ ਦੇ ਚੇਲੇ ਨੇ ਔਰ ਮੈਂ ਦੇਖਿਆ ਰਫੀ ਸਾਹਿਬ ਵਾਂਗੂ ਇਹਨਾਂ ਦੇ ਵਿੱਚ ਹਲੀਮੀ ਬਹੁਤ ਹੈ ਨਿਮਰਤਾ ਬਹੁਤ ਹੈ ਔਰ ਆਪਣੇ ਆਪ ਦਾ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਕਿੱਡਾ ਵੱਡਾ ਸਿੰਗਰ ਮੈਂ ਮੇਰੇ ਦਿਲ 'ਚ ਤੁਹਾਡਾ ਹਮੇਸ਼ਾ ਹੀ ਬਹੁਤ ਵੱਡਾ ਸਤਿਕਾਰ ਹੈ ਉਸ ਤੋਂ ਇੱਕ ਗੀਤ ਸੁਣ ਕੇ ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਇੱਥੇ ਆਏ ਹੋ ਬਾਕੀ ਸਾਡੇ ਕਮਲ ਸ਼ਰਮਾ ਜੀ ਹੈ ਇਹ ਸਾਨੂੰ ਹਰ ਮੇਰਾ ਖਿਆਲ ਹਫ਼ਤੇ ਕੋਈ ਨਾ ਕੋਈ ਅੱਛਾ ਗਾਣਾ ਸਾਡੇ ਗਰੁੱਪ ਦੇ ਬੜੇ ਹੀ ਪ੍ਰੋਮੀਨੈਂਟ ਮਿਊਜ਼ੀਕਲ ਮੈਂਬਰ ਸਿੰਗਰ ਨੇ ਸਾਨੂੰ ਭੇਜਦੇ ਰਹਿੰਦੇ ਆ ਕੋਈ ਨਾ ਕੋਈ ਸੌਂਗ ਐਂਡ ਵੀ ਆਲਵੇਜ਼ ਲਿਸਨ ਟੂ ਹਿਮ ਐਂਡ ਵੀ ਇੰਜੋਏ ਥੈਂਕ ਯੂ ਸੋ ਮਚ ਸ਼ਰਮਾ ਜੀ ਤੁਸੀਂ ਅੱਜ ਆ ਕੇ ਇੰਨੀ ਤਿਆਰੀ ਵੀ ਕਰਾਈ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਸਾਡੇ ਇੰਪੋਰਟੈਂਟ ਔਰ ਸਾਡੇ ਪੱਕੇ ਔਰ ਸਤਿਕਾਰਯੋਗ ਮੈਂਬਰ ਹਾਂ ਪੁਰਵਾਨਾ ਜੀ ਬੈਠੇ ਨੇ ਪਿੱਛੇ ਇਹ ਸਾਡੇ ਜੀ ਆਲ ਇੰਡੀਆ ਰੇਡੀਓ ਤੋਂ ਪੁਰਵਾਨਾ ਸਾਹਿਬ ਹੁਣੇ ਰੀਸੈਂਟਲੀ ਰਿਟਾਇਰ ਹੋਏ ਨੇ ਔਰ ਮੈਂ ਇਹਨਾਂ ਦਾ FM ਰੇਡੀਓ ਤੋਂ ਪਹਿਲਾਂ ਸੁਣਿਆ ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਗੱਲਾਂ ਦੋ ਤੇਰੀਆਂ ਤੋਂ ਮੇਰੀਆਂ ਉਹਦੇ ਵਿੱਚ ਪੁਰਵਾਨਾ ਜੀ ਗੱਲਾਂ ਕਰਦੇ ਹੁੰਦੇ ਸੀ ਸਾਰੇ ਆਪਣੇ ਲਿਸਨਰਸ ਨਾਲ ਟੈਲੀਫੋਨ ਆਉਂਦਾ ਸੀ ਔਰ ਇਹਨਾਂ ਦੀ ਬੜੀ ਹੀ ਅੱਛੀ ਹਰ ਇੱਕ ਵਿਸ਼ੇ 'ਤੇ ਔਰ ਮੇਰੇ ਖਿਆਲ ਹਰ ਰੋਜ਼ ਨਵਾਂ ਟੋਪਿਕ 'ਤੇ ਤੁਸੀਂ ਲੈ ਕੇ ਉਹਨਾਂ ਨਾਲ ਗੱਲ ਕਰਦੇ ਸੀ ਬਹੁਤ ਹੀ ਇੰਟਰਸਟਿੰਗ ਬਹੁਤ ਹੀ ਇੰਪ੍ਰੈਸਿਵ ਇਹਨਾਂ ਦਾ ਜਿਹੜਾ ਤੁਹਾਡੇ ਪ੍ਰੋਗਰਾਮ ਹੁੰਦੇ ਸੀ ਐਂਡ ਉਸ ਤੋਂ ਉੱਪਰ ਦੀ ਗੱਲ ਇਹ ਹੈ ਕਿ ਵੀ ਇਹ ਬਹੁਤ ਹੀ ਵੱਡੇ ਰਫੀ ਸਾਹਿਬ ਦੇ ਹੈ ਔਰ ਰਫੀ ਸਾਹਿਬ ਨੂੰ ਪੂਜਦੇ ਰਫੀ ਸਾਹਿਬ ਦੇ ਜੀ ਮੰਦਰ ਬਣ ਚੁੱਕੇ ਨੇ ਗੁਜਰਾਤ ਦੇ ਵਿੱਚ ਜਿੱਥੇ ਕਿ ਇੱਕ ਹਿੰਦੂ ਜੈਂਟਲਮੈਨ ਹੈ ਉਹਨਾਂ ਨੇ ਉਹਨਾਂ ਦਾ ਮੰਦਰ ਬਣਾਇਆ ਹੈ ਰੋਜ਼ ਪੂਜਾ ਕਰਦੇ ਉਮੇਸ਼ ਮਖੀਜਾ ਯੂਟਿਊਬ ਤੇ ਪਿਆਰ ਸਾਡਾ ਤੋ ਇਹ ਵੀ ਮਖੀਜਾ ਵਰਗੇ ਵੀ ਇਨਸਾਨ ਨੇ ਔਰ ਸਾਡੇ ਹੁਣੇ ਬੜੇ ਸਰਗਰਦਾ ਮੈਂਬਰ ਨੇ ਸਾਡਾ ਬੜਾ ਇਹਨਾਂ ਨੇ ਇੱਥੇ ਆ ਕੇ ਮਾਣ ਵਧਾਇਆ ਥੈਂਕ ਯੂ ਸੋ ਮਚ ਪ੍ਰਵਾਨਾ ਜੀ ਸਭ ਠੀਕ ਹੈ ਜੀ ਥੈਂਕ ਯੂ ਸੋ ਮਚ